ਅਸੀਂ ਜਦੋਂ ਉਹਨਾਂ ਤੋਂ ਰੋਲ ਨੰਬਰ ਵੀ ਮੰਗਿਆ ਅਤੇ ਉਹ ਕਹਿੰਦੇ ਵੀ ਤੁਸੀਂ ਤਾਂ ਚੂੜੇ ਹੋਈ ਅਤੇ ਤੁਸੀਂ ਚੂੜਿਆਂ ਵਾਲੇ ਕੰਮ ਹੀ ਕਰਨੇ ਜਾ ਕੇ ਦਿਹਾੜੀਆਂ ਹੀ ਕਰਨੀਆਂ ਅਤੇ ਤੁਸੀਂ ਤਿਆਰੀ ਕਰੋ ਜਾ ਕੇ ਆਪਦੀ ਜਾਓ ਦਿਹਾੜੀਆਂ ਕਰ ਲਓ। ਬੋਰਡ ਦੀਆਂ ਪ੍ਰੀਖਿਆਵਾਂ ਹੋ ਰਹੀਆਂ ਨੇ ਤੇ ਇੱਕ ਵਿਦਿਆਰਥੀ ਨੇ ਜਦੋਂ ਪ੍ਰਿੰਸੀਪਲ ਤੋਂ ਰੋਲ ਨੰਬਰ ਮੰਗਿਆ ਤਾਂ ਅੱਗੋਂ ਜਵਾਬ ਮਿਲਦਾ ਹੈ, ਪੜ੍ਹ ਲਿਖ ਕੇ ਕੀ ਕਰੋਗੇ, ਜੱਜ ਥੋੜੀ ਲੱਗ ਜਾਣਾ, ਲੱਗਣਾ ਤਾਂ ਤੁਹਾਨੂੰ ਸੀਰੀ ਹੀ ਹੈ। ਇੱਕ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਕਿਸੇ ਬੱਚੇ ਲਈ ਇਸ ਤਰ੍ਹਾਂ ਦੇ ਜਾਤੀ ਸੂਚਕ ਸ਼ਬਦਾਵਲੀ ਵਰਤੇ ਤਾਂ ਬੜੇ ਹੀ ਅਫਸੋਸ ਦੀ ਗੱਲ ਹੈ। ਇਹ ਘਟਨਾ ਪਿੰਡ ਮੁਕਤਸਰ ਸਾਹਿਬ ਦੇ ਪਿੰਡ ਚੜੇਵਾਨ ਦੀ ਹੈ। ਕੈਮਰੇ ਸਾਹਮਣੇ ਵਿਦਿਆਰਥੀ ਨੇ ਆਪਣੇ ਨਾਲ ਹੋਈ ਇਸ ਘਟਨਾ ਨੂੰ ਇਸ ਤਰ੍ਹਾਂ ਦੱਸਿਆ ਤੇ ਕਿਹਾ ਕਿ ਪ੍ਰਿੰਸੀਪਲ ਦੀ ਵਜ੍ਹਾ ਨਾਲ ਉਸਦਾ ਇੱਕ ਸਾਲ ਬਰਬਾਦ ਹੋ ਗਿਆ। ਇਸ ਸੰਬੰਧੀ ਜਦੋਂ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀ ਤਾਂ ਉਹਨੇ ਕਿਹਾ ਕਿ ਉਹ ਬਾਹਰ ਨੇ, ਜੋ ਲਿਖਣਾ ਹੈ ਲਿਖ ਦਿਓ। ਮੇਰਾ ਨਾਮ ਸਿਮਰਨਜੀਤ ਸਿੰਘ ਆ ਜੀ ਅਤੇ ਮੈਂ ਪਿੰਡ ਚੜੇਵਾਨ ਸਕੂਲ 'ਚ ਪੜ੍ਹਦਾ। ਜਿਹੜੇ ਸਾਡੇ ਇੰਚਾਰਜ ਆ ਜੀ ਉਹ ਚਰਨਜੀਤ ਸਰ ਆ ਜੀ ਅਤੇ ਪ੍ਰਿੰਸੀਪਲ ਸਰ ਗੋਪਾਲ ਸਿੰਘ ਆ ਜੀ ਅਤੇ ਅਸੀਂ ਜਦੋਂ ਉਹਨਾਂ ਤੋਂ ਰੋਲ ਨੰਬਰ ਵੀ ਮੰਗਿਆ ਅਤੇ ਉਹ ਕਹਿੰਦੇ ਵੀ ਤੁਸੀਂ ਤਾਂ ਚੂੜੇ ਹੋਈ ਅਤੇ ਤੁਸੀਂ ਚੂੜਿਆਂ ਵਾਲੇ ਕੰਮ ਹੀ ਕਰਨੇ ਜੀ, ਜਾ ਕੇ ਦਿਹਾੜੀਆਂ ਹੀ ਕਰਨੀਆਂ ਅਤੇ ਤੁਸੀਂ ਤਿਆਰੀ ਕਰੋ ਜਾ ਕੇ ਆਪਦੀ ਜਾਓ ਦਿਹਾੜੀਆਂ ਕਰ ਲਓ ਜੀ। ਤੁਹਾਨੂੰ ਰੋਲ ਨੰਬਰ ਮਿਲ ਗਿਆ ਕਿ ਨਹੀਂ? ਨਹੀਂ ਮਿਲਿਆ ਜੀ। ਚੜੇਵਾਨ ਪਿੰਡ ਆ ਜੀ, ਗੁਰਚਰਨ ਸਿੰਘ ਮੇਰਾ ਨਾਮ ਹੈ। ਵੀ ਜੀ ਕੀ ਮਾਮਲਾ ਸੀ ਅੱਜ ਸਕੂਲ ਦੇ ਰੋਲ ਨੰਬਰ ਦਾ? ਇਹ ਰੋਲ ਨੰਬਰ ਨਹੀਂ ਜੀ ਦਿੰਦੇ ਮਾਸਟਰ ਜੀ, ਅਤੇ ਅਸੀਂ ਰੋਲ ਨੰਬਰ ਲੈਣ ਗਏ ਸੀ, ਬੱਚਿਆਂ ਦਾ ਰੋਲ ਨੰਬਰ ਨਹੀਂ ਦਿੱਤਾ ਅਤੇ ਉਹ ਕਹਿੰਦੇ ਵੀ ਤੁਸੀਂ ਚੂੜੇ ਹੈਗੇ, ਚੂੜਿਆਂ ਵਾਲੇ ਕੰਮ ਕਰਨਾ ਅਤੇ ਜਾਓ ਜਾ ਕੇ ਦਿਹਾੜੀਆਂ ਕਰੋ। ਹੁਣ ਤੁਹਾਡੇ ਬੱਚੇ ਪੇਪਰ ਦੇ ਚੁੱਕੇ ਆ ਕਿ ਨਹੀਂ ਦਿੱਤਾ ਜੀ? ਨਹੀਂ ਜੀ, ਰੋਲ ਨੰਬਰ ਨਹੀਂ ਮਿਲਿਆ ਜੀ। ਉੱਥੇ ਹੀ ਪ੍ਰਿੰਸੀਪਲ ਦੇ ਇਸ ਵਤੀਰੇ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਫਾਈ ਦਿੱਤੀ ਕਿ ਉਹਨਾਂ ਨੇ ਰੋਲ ਨੰਬਰ ਜਾਰੀ ਕਰਨ ਨੂੰ ਕਿਹਾ ਸੀ ਪਰ ਪ੍ਰਿੰਸੀਪਲ ਨੇ ਸਿੱਖਿਆ ਸਕੱਤਰ ਦਾ ਹਵਾਲਾ ਦਿੰਦੇ ਹੋਏ ਗੱਲ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਤਾਂ ਮੈਨੂੰ ਆਹਦੇ ਵੀ ਸਾਨੂੰ ਸਰਦਾਰ ਗੋਪਾਲ ਸਿੰਘ ਜੀ ਪ੍ਰਿੰਸੀਪਲ ਚੜੇਵਾਲ ਵਾਲੇ ਰੋਲ ਨੰਬਰ ਨਹੀਂ ਦੇ ਰਹੇ। ਮੈਂ ਚਲੋ ਮੈਂ ਬਾਅਦ 'ਚ ਮੈਂ ਕਿਹਾ ਵੀ ਮੈਂ ਤੁਹਾਨੂੰ ਟੈਲੀਫੋਨ ਕਰਕੇ ਦੱਸਦਾ ਅਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਟੈਲੀਫੋਨ ਮਿਲਾਇਆ ਅਤੇ ਉਹਨਾਂ ਨੂੰ ਪੁੱਛਿਆ ਵੀ ਇਹ ਬੱਚਿਆਂ ਦਾ ਕੀ ਚੱਕਰ, ਵੀ ਤੂੰ ਰੋਲ ਨੰਬਰ ਕਿਉਂ ਨਹੀਂ ਇਸ਼ੂ ਕਰਦਾ ਇਹਨਾਂ ਦੇ। ਉਹਨਾਂ ਨੇ ਮੈਨੂੰ ਇਹ ਕਿਹਾ ਵੀ ਕਿਉਂਕਿ ਮੈਨੂੰ ਪਹਿਲੇ ਕ੍ਰਿਸ਼ਨ ਕੁਮਾਰ ਜੀ ਨੇ ਬੱਚਿਆਂ ਦੀ ਘੱਟ ਹਾਜ਼ਰੀ ਕਾਰਨ ਵਾਰਨਿੰਗ ਲੈਟਰ ਜਿਹੜਾ ਇਸ਼ੂ ਕੀਤਾ, ਇਸ ਕਰਕੇ ਵੀ ਮੈਂ ਇਹ ਰੋਲ ਨੰਬਰ ਇਸ਼ੂ ਨਹੀਂ ਕਰ ਸਕਦਾ। ਸਰ ਜੇ ਕੋਈ ਬੱਚਾ ਬਿਮਾਰ ਹੋਵੇ ਜਾਂ ਮੈਡੀਕਲ 'ਤੇ ਹੋਵੇ ਕੀ ਉਹਦੇ 'ਚ ਕੋਈ ਰਿਆਇਤ ਦਿੱਤੀ ਜਾ ਸਕਦੀ? ਹਾਂ, ਉਹਦੇ ਵਿੱਚ ਰਿਆਇਤ ਪੂਰੀ ਦਿੱਤੀ ਜਾ ਸਕਦੀ ਆ, ਉਹਨਾਂ ਨੂੰ ਕੰਸਿਡਰ ਕਰਕੇ ਅਤੇ ਉਹਨਾਂ ਨੂੰ ਰੋਲ ਨੰਬਰ ਜਿਹੜਾ ਵੀ ਅਕੋਰਡਿੰਗ ਟੂ ਮੈਡੀਕਲ ਜਿਹੜਾ ਵੀ ਉਹਨਾਂ ਨੂੰ ਕੰਸਿਡਰ ਜਿਹੜਾ ਕੀਤਾ ਜਾ ਸਕਦਾ ਵਿਚਾਰੇ ਸਰ। ਉੱਥੇ ਪੀੜਿਤ ਪਰਿਵਾਰ ਨੇ ਪ੍ਰਿੰਸੀਪਲ ਦੀ ਸ਼ਿਕਾਇਤ SC ਕਮਿਸ਼ਨ ਨੂੰ ਕਰ ਦਿੱਤੀ ਹੈ ਤੇ ਕਮਿਸ਼ਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਕਰੀਬ 10:30-11 ਵਜੇ ਫੋਨ ਆਇਆ ਸੀ ਜੀ ਕਿ ਵੀ ਇਸ ਤਰ੍ਹਾਂ ਕਰਕੇ ਪਿੰਡ ਚੜੇਵਾਨ ਹੈ ਉੱਥੇ ਰੋਲ ਨੰਬਰ ਪ੍ਰਿੰਸੀਪਲ ਨਹੀਂ ਦੇ ਰਿਹਾ ਅਤੇ ਉਸ ਤੋਂ ਬਾਅਦ ਹੁਣ ਉਹਨਾਂ ਦਾ 2 ਵਜੇ ਉਹ ਮੈਨੂੰ ਖੁਦ ਮਿਲਣ ਆਏ ਹੈ। ਉਹਨਾਂ ਦੇ ਪੇਰੈਂਟਸ ਮਿਲੇ ਆ, ਸਟੂਡੈਂਟ ਨੇ, ਕਰੀਬ 5-6 ਜਣੇ ਹਨ, ਪਿੰਡ ਦੇ ਮੋਹਤਵਾਰ ਵਿਅਕਤੀ ਵੀ ਨਾਲ ਹਨ ਅਤੇ ਉਹਨਾਂ ਨੇ ਸਾਰੇ ਉਹਨਾਂ ਦੇ ਦੱਸਣ ਮੁਤਾਬਕ ਕਿ ਇਹ ਬੰਦਾ ਕਲਾਸ ਇੰਚਾਰਜ ਹੈ, ਪ੍ਰਿੰਸੀਪਲ ਹੈ, ਵੀ ਇਹਨਾਂ ਨੂੰ ਰੋਲ ਨੰਬਰ ਤਾਂ ਇਹਨਾਂ ਨੇ ਬਿਲਕੁਲ ਨਹੀਂ ਦਿੱਤੇ, ਇਹਨੇ ਕਹਿੰਦੇ ਲੈਕਚਰ ਸ਼ੋਰਟ ਆਇਆ ਜੋ ਵੀ ਹੈ, ਪਰ ਇਹਨਾਂ ਨੂੰ ਮੰਦਾ ਚੰਗਾ ਵੀ ਬੋਲਿਆ, ਇਹਨਾਂ ਦੀ ਜਾਤ ਪਰਖੀ ਹੈ, ਉਹਨੇ ਪੂਰਾ ਉਹਨਾਂ ਨੇ ਕ੍ਰਿਮੀਨਲ ਕੰਪਲੇਂਟ ਜਿਹੜੀ ਹੈ ਉਹਨਾਂ ਦੇ ਖਿਲਾਫ਼ ਸਾਨੂੰ ਕਮਿਸ਼ਨ ਨੂੰ ਦਿੱਤੀ ਹੈ ਅਤੇ ਉਹ ਨਾਲ ਦੀ ਨਾਲ ਮੈਂ ਫਾਰਵਰਡ ਭਲਾਈ ਅਫਸਰ ਨੂੰ ਕਰਤੀ ਹੈ ਅਤੇ ਇਹਦੇ 'ਚ ਬਹੁਤ ਜਲਦੀ ਕਾਰਵਾਈ ਜੋ ਵੀ ਲੀਗਲ ਪ੍ਰੋਸੀਜਰ ਹੈ ਉਹਦੇ ਮੁਤਾਬਿਕ ਕਰਕੇ ਅਤੇ ਜੋ ਵੀ ਗਲਤ ਬੰਦਾ ਹੈ ਉਹਨੂੰ ਸਖ਼ਤ ਤੋਂ ਸਖ਼ਤ ਜੋ ਹੈ ਕਾਨੂੰਨੀ ਸਜ਼ਾ ਦਵਾਈ ਜਾਵੇ। ਇੱਕ ਛੋਟੀ ਜਿਹੀ ਗੱਲ ਜਿਸ ਨੂੰ ਕਿ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਸੀ, ਉੱਥੇ ਪ੍ਰਿੰਸੀਪਲ ਨੇ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਕੇ ਜਿੱਥੇ ਆਪਣੀ ਛੋਟੀ ਸੋਚ ਦਰਸਾਈ ਉੱਥੇ ਵਿਦਿਆਰਥੀ ਦਾ ਸਾਲ ਵੀ ਬਰਬਾਦ ਕਰਕੇ ਰੱਖ ਦਿੱਤਾ। ਸ੍ਰੀ ਮੁਕਤਸਰ ਸਾਹਿਬ ਤੋਂ AS ਸ਼ਾਨ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।